ਮੋਗਾ ਸ਼ਹਿਰ 'ਚੋਂ ਲੰਘਦੇ ਨੈਸ਼ਨਲ ਹਾਈਵੇ 71 'ਤੇ ਵੀਰਵਾਰ ਨੂੰ ਉਸ ਸਮੇਂ ਸਥਿਤੀ ਅਚਾਨਕ ਤਣਾਅਪੂਰਨ ਬਣ ਗਈ ਜਦੋਂ ਵਪਾਰਕ ਵਾਹਨਾਂ ਦੇ ਨਾਲ ਲੰਘਣ ਕਾਰਨ ਗੁੱਸੇ 'ਚ ਆਏ ਵਾਹਨ ਮਾਲਕਾਂ ਅਤੇ ਡਰਾਈਵਰਾਂ ਨੇ ਨੈਸ਼ਨਲ ਹਾਈਵੇ 'ਤੇ ਜਾਮ ਲਗਾ ਦਿੱਤਾ, ਜਿਸ ਤੋਂ ਬਾਅਦ ਥਾਣਾ 1 ਦੇ ਇੰਚਾਰਜ ਦਲਜੀਤ ਸਿੰਘ ਵੀ ਮੌਕੇ 'ਤੇ ਪਹੁੰਚੇ ਅਤੇ ਮੋਟਰ ਵਹੀਕਲ ਇੰਸਪੈਕਟਰ ਫੁੱਲਵੀਰ ਕੁਮਾਰ ਨੂੰ ਮੌਕੇ 'ਤੇ ਬੁਲਾਇਆ ਅਤੇ ਕਿਸੇ ਤਰ੍ਹਾਂ ਵਾਹਨਾਂ ਦਾ ਲੰਘਣਾ ਸ਼ੁਰੂ ਕਰਵਾ ਕੇ ਜਾਮ ਨੂੰ ਹਟਵਾਇਆ। ਇੱਥੇ ਦੱਸ ਦੇਈਏ ਕਿ ਪੰਜਾਬ ਸਰਕਾਰ ਦੇ ਨਿਯਮ ਅਨੁਸਾਰ ਹਰ ਵਪਾਰਕ ਵਾਹਨ ਦੀ ਸਾਲਾਨਾ ਫਿਜ਼ੀਕਲ ਵੈਰੀਫਿਕੇਸ਼ਨ ਹੁੰਦੀ ਹੈ ਜੋ ਕਿ ਮੋਟਰ ਵਹੀਕਲ ਇੰਸਪੈਕਟਰ ਵੱਲੋਂ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਜਦੋਂ ਵਾਹਨ ਆਪਣੀ ਆਈਡੀ ਤੋਂ ਬਾਹਰ ਆਉਂਦਾ ਹੈ ਤਾਂ RTO ਸਾਹਿਬ 1 ਸਾਲ ਲਈ ਉਸ ਵਾਹਨ ਨੂੰ ਜ਼ਰੂਰ ਪਾਸ ਕਰਦੇ ਹਨ, ਪਰ ਇਹਨਾਂ ਵਾਹਨਾਂ ਦੇ ਲੰਘਣ 'ਚ ਦੇਰੀ ਹੋ ਗਈ ਜਿਸ ਕਾਰਨ ਗੁੱਸੇ 'ਚ ਆਏ ਵਾਹਨ ਮਾਲਕਾਂ ਅਤੇ ਡਰਾਈਵਰਾਂ ਨੇ ਮੋਗਾ ਫਿਰੋਜ਼ਪੁਰ GT ਰੋਡ ਨੂੰ ਬੰਦ ਕਰਕੇ ਧਰਨਾ ਦੇ ਦਿੱਤਾ। ਮੋਗਾ ਤੋਂ ਅੱਜ ਦੀ ਵਾਲੀ ਮਨੀਸ਼ ਗਰਗ ਦੀ ਰਿਪੋਰਟ। ਮੇਰਾ ਨਾਮ ਸਰ ਰਾਜਕੁਮਾਰ ਆ, ਮੈਂ ਲੋਕਲ ਮੋਗੇ ਰਹਿੰਦਾ ਜੀ। ਕੀ ਕਾਰਨ ਕੀ ਹੈ ਤੁਹਾਡੇ ਵੱਲੋਂ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ? ਨੈਸ਼ਨਲ ਹਾਈਵੇ ਜਾਮ ਸਰ, ਅਸੀਂ MBE ਸਾਹਿਬ ਤੋਂ ਦੁਖੀ ਹੋ ਕੇ ਧਰਨਾ ਲਾਇਆ ਜੀ। ਕੀ ਕਾਰਨ ਕੀ ਹੈ ਦੁਖੀ ਹੋਣ ਦਾ ਤੁਹਾਡੇ? ਕਾਰਨ ਇਹ ਆ ਜੀ, ਸਾਡੀਆਂ ਗੱਡੀਆਂ ਦੀ ਅੱਜ ਰਸੀਦ ਕੱਟੀ ਨੂੰ ਮਹੀਨਾ ਮਹੀਨਾ ਸਵਾ ਮਹੀਨਾ ਹੋ ਗਿਆ, ਗੱਡੀਆਂ ਸਾਡੀਆਂ ਪਾਸ ਨਹੀਂ ਹੋ ਰਹੀਆਂ, ਅਸੀਂ ਪਰੇਸ਼ਾਨ ਹੋ ਕੇ ਅੱਕ ਕੇ ਧਰਨਾ ਲਾਇਆ ਜੀ। ਕੀ ਦਿੱਕਤ ਕੀ ਆ ਰਹੀ ਹੈ? ਮਤਲਬ ਦਿੱਕਤ ਕੀ ਆ ਸਰ, ਇਹ ਸਰਕਾਰ ਨੂੰ 820 ਰੁਪਏ ਫਿਟਨੈਸ ਦੀ ਰਸੀਦ ਦੇਣੀ ਪੈਂਦੀ, ਸਰਕਾਰ ਨੂੰ ਪੈਸੇ ਦੇਣੇ ਪੈਂਦੇ ਆ, ਉਹ ਪੈਸੇ ਦੇਣ ਤੋਂ ਬਾਵਜੂਦ ਸਰ MBI ਸਾਹਿਬ ਨੇ ਗੱਡੀਆਂ ਆਨਲਾਈਨ ਕਰਨੀਆਂ ਹੁੰਦੀਆਂ, ਜੇ ਅਸੀਂ ਨਹੀਂ ਆਨਲਾਈਨ ਕਰਾਉਂਦੇ ਉਹਦਾ 15-20 ਹਜ਼ਾਰ ਰੁਪਏ ਦਾ ਚਲਾਨ ਹੁੰਦਾ ਵਾ। ਠੀਕ ਹੈ ਜੀ, ਕਿਸੇ ਦਾ ਕਿਹੜੀ ਜਗ੍ਹਾ ਚਲਾਨ ਹੋਇਆ, ਕਿਸੇ ਦਾ ਕਿੱਥੇ ਹੋਇਆ, ਕਿਸੇ ਦਾ ਕਿੱਥੇ ਹੋਇਆ, ਮੈਂ ਰਸੀਦ ਵਿਖਾ ਦਿੰਦਾ ਵਾ, ਮੇਰਾ ਖੁਦ ਦਾ ਚਲਾਨ ਹੋਇਆ 12,000 ਰੁਪਏ ਦਾ। ਹੁਣ ਤੁਹਾਡੀ ਕੀ ਮੰਗ ਆ? ਹੁਣ ਸਾਡੀ ਮੰਗ ਇਹ ਆ ਜੀ, ਜਿਹੜੀਆਂ ਗੱਡੀਆਂ ਅੱਜ ਆਈਆਂ ਉਹ ਗੱਡੀਆਂ MBE ਸਾਹਿਬ ਪਾਸ ਕਰਨ, ਜਿਹੜੀਆਂ ਗੱਡੀਆਂ ਅੱਗੇ ਤੋਂ ਵੀ ਆਉਣਗੀਆਂ ਉਹ ਵੀ ਇਹ ਪਾਸ ਕਰਨ। ਇੱਕ ਸਾਡੀ ਮੰਗ ਮੇਨ ਕੀ ਆ, ਸਾਡਾ ਜਿਹੜਾ DTO ਵਿਭਾਗ ਆ, ਇੱਥੋਂ ਕੈਪਟਨ ਸਾਹਿਬ ਨੇ ਸ਼ਿਫਟ ਕਰਤਾ ਸੀ RTO ਵਿਭਾਗ ਦੇ ਵਿੱਚ ਫਰੀਦਕੋਟ, ਅਸੀਂ ਕਹਿੰਦੇ ਹਾਂ ਸਾਡਾ ਮੋਗਾ ਵਿਭਾਗ ਦੁਬਾਰਾ ਮੋਗਾ DTO ਵਿਭਾਗ ਚੱਲ ਪਏ, DTO ਪਾਲਿਸੀ ਸਾਰੇ ਪੰਜਾਬ 'ਚ ਲਾਗੂ ਹੋ ਜਾਵੇ, ਪੂਰੇ ਜ਼ਿਲ੍ਹਿਆਂ ਦੇ ਵਿੱਚ ਕੰਮ ਹੋਣ ਲੱਗ ਪਏ। ਇੱਥੇ ਮੋਗੇ 15,000 ਗੱਡੀਆਂ, ਫਰੀਦਕੋਟ 3,500 ਗੱਡੀਆਂ, ਮੋਗੇ ਨੂੰ ਤਾਂ ਬਣਾਤਾ ਇਹਨਾਂ ਲੋਕਾਂ ਨੇ ਮੰਗਤਾ, ਸਾਡੀ ਬੁਰੀ ਹਾਲਤ ਕਰਤੀ ਇਹਨਾਂ ਨੇ ਗੱਡੀਆਂ ਵਾਲਿਆਂ ਦੀ। ਸਾਨੂੰ ਕੋਈ ਕੰਮ ਹੁੰਦਾ ਫਰੀਦਕੋਟ ਭੱਜਣਾ ਪੈਂਦਾ ਵਾ, ਲਾਇਸੈਂਸ ਦੀ ਫੋਟੋ ਵੀ ਹੁੰਦੀ ਆ ਉਹ ਵੀ ਫਰੀਦਕੋਟ ਹੁੰਦੀ ਜਾ ਕੇ। ਬਲਦੇਵ ਸਿੰਘ ਕਿੱਥੋਂ ਆਏ ਹੋ? ਲੋਕਲ ਮੌਕੇ ਤੋਂ ਜੀ। ਬਲਦੇਵ ਜੀ, ਕੀ ਕਾਰਨ ਆ ਜੀ ਤੁਸੀਂ ਨੈਸ਼ਨਲ ਹਾਈਵੇ ਜਾਮ ਕੀਤਾ? ਕਾਰਨ ਜੀ, ਪਾਸਿੰਗ ਦਾ ਜੀ, ਤੜਕੇ 8 ਵਜੇ ਦੇ ਆਏ ਹੋਏ ਆ, ਜੇ ਇਹਨਾਂ ਨੂੰ ਪਤਾ ਲੈ ਵੀ ਸਾਡੀ ਪਾਸਿੰਗ ਆ, ਜੇ ਸਾਹਮਣੇ ਆਉਣਾ ਨਹੀਂ, ਤੜਕੇ ਅਨੁਸਾਰ ਤਾਂ ਪੈਸੇ ਲੈ ਲੈਂਦੇ, ਜੇਬਾਂ 'ਚੋਂ ਪੈਸੇ ਕਢਾ ਲੈਂਦੇ ਆ, ਆਹ ਦਿਓ ਜੀ ਪੈਸੇ ਇੰਨੇ, ਪੈਸੇ ਵੀ ਦੇ ਤੇ ਆ, ਹੁਣ 2 ਵਜੇ ਕਹਿੰਦੇ ਲੈ ਜਾਓ ਜੀ ਅਗਲੇ ਹਫ਼ਤੇ ਆਇਓ, ਅਗਲੇ ਹਫ਼ਤੇ ਤੱਕ ਅਸੀਂ ਕੀ ਕਰਾਂਗੇ ਜੀ? ਜੇ ਬਾਹਰ ਗੇੜਾ ਲਾਉਂਦੀਆਂ ਨੇ ਚਲਾਨ ਹੁੰਦੇ ਆ ਸਾਡੇ ਜੀ, ਮੋਗੇ ਲਿਮਿਟਡ ਫੈਕਟਰੀ ਆ, ਉਹ ਬਿਨਾਂ ਫਿਟਨੈਸ ਤੋਂ ਗੱਡੀ ਨਹੀਂ ਅੰਦਰ ਵੜਨ ਦਿੰਦੇ, ਦੱਸੋ ਸਾਡਾ ਦੋਸ਼ ਕੀ ਆ? ਹਰ ਵਾਰੀ 3ਜੀ ਵਾਰ ਮੁੜਨ ਲੱਗਾ ਜੀ ਵੀਰ, ਉਹ ਇਨਸਪੈਕਸ਼ਨ ਹੁੰਦੀ ਆ, ਇਨਸਪੈਕਸ਼ਨ ਕਰਦਾ ਇਹਦੀ ਫਿਟਨੈਸ ਦੀ ਜੀ, ਗੱਡੀ ਦੀ ਪਾਸਿੰਗ ਕਰਦਾ ਜੀ। ਕਿੰਨੀ ਦੇਰ ਬਾਅਦ ਹੁੰਦੀ ਆ ਇਹਦੀ? ਸਾਲ ਬਾਅਦ ਸਰ। ਤੇ ਹੁਣ ਤੁਹਾਡੀ ਕੀ ਮੰਗ ਹੈ? ਮੰਗ ਇਹੀ ਆ ਜੀ, ਹਰ ਵਾਰੀ ਪਰੇਸ਼ਾਨ ਹੋ ਜਾਂਦੇ ਆ, ਹਰ ਹਫ਼ਤੇ ਗੱਡੀਆਂ ਵੱਧਦੀਆਂ ਹੀ ਜਾਂਦੀਆਂ, ਅੱਜ 300 ਦੇ ਅਤੇ 400 ਦੇ ਲਗਭਗ ਗੱਡੀ ਆ, ਜਦੋਂ ਪਹਿਲੀ ਵਾਰ ਆਈ 100 ਆ, ਇਹ ਤਾਂ ਵਧੀ ਜਾਣੀ ਹੈ, ਇਹ ਹਰ ਹਫ਼ਤੇ ਕਹਿ ਦਿੰਦੇ ਅਗਲੇ ਹਫ਼ਤੇ ਆ ਜਾਓ, ਅਗਲੇ ਹਫ਼ਤੇ ਆਏ ਆ। ਸਾਡੀ ਮੰਗ ਇਹ ਆ ਵੀ ਅੱਗੇ ਵੀ MBI ਤਾਂ ਨਿਗਾਹ ਹੀ ਮਾਰਦਾ, ਕਰਦੇ ਤਾਂ ਸਾਰੇ ਇਹਨਾਂ ਦੇ ਮੁਲਾਜ਼ਮ ਆ ਥੱਲੇ ਪਾਸਿੰਗ, ਅਤੇ ਹੁਣ ਵੀ ਕਰਦੇ ਨੇ ਟਿੱਕ ਮਾਰ ਕਰਕੇ ਫੋਟੋ ਕਰਨ ਸਾਡੀ ਗੱਡੀਆਂ ਦੀ, ਅਤੇ ਜੇ ਸਾਡਾ ਕੋਈ ਓਬਜੈਕਸ਼ਨ ਲੱਗਦਾ ਲਾਉਣ, ਸਾਡੀਆਂ ਗੱਡੀਆਂ ਰੈਡੀ ਖੜੀਆਂ, ਜੇ ਕੋਈ ਪ੍ਰੋਬਲਮ ਆਉਂਦੀ ਆ ਸਾਨੂੰ ਓਬਜੈਕਸ਼ਨ ਲਾ ਕੇ ਮੁੰਨ, ਪਰ ਇਹ ਥੋੜ੍ਹੀ ਆ 8 ਵਜੇ ਦੇ ਖੜੇ ਆ, ਹੁਣ ਕਹਿੰਦੇ ਜਾਵੜੋ ਜੀ 2 ਵਜੇ, ਭੁੱਖੇ ਤੇ ਆਏ ਬੈਠੇ ਆ ਜੀ, ਲਵੀ ਸਾਹਿਬ ਨਾ ਆ ਕੇ ਮੁੜ ਜੇ, ਪਾਸੇ ਆਸੇ ਵੀ ਨਹੀਂ ਜਾਣ ਦਿੰਦੇ। ਫੁੱਲਵੀਰ ਕੁਮਾਰ, ਤੁਹਾਡੇ ਕੋਲ ਕਾਹਦਾ ਚਾਰਜ ਹੈ ਜੀ? MBI ਦਾ। ਸਰ, ਕੀ ਕਾਰਨ ਅੱਜ ਗੱਡੀਆਂ ਦੀ ਪਾਸਿੰਗ ਨਾ ਹੋਣ ਕਰਕੇ ਸਰ ਇਹ ਜਿਹੜਾ ਨੈਸ਼ਨਲ ਹਾਈਵੇ ਜਾਮ ਹੋਇਆ? ਉਹ ਗੱਲ ਪਤਾ ਹੀ ਕੀ ਆ, ਹੁਣ ਕੰਮ ਤਾਂ ਆਪਣਾ ਪ੍ਰੋਪਰ ਸਹੀ ਚੱਲ ਰਿਹਾ, ਸਾਰਾ ਸ਼ਡਿਊਲ ਸਾਰੇ ਜਿਨ੍ਹਾਂ ਨੂੰ ਸਾਹਿਬ ਦੇ ਐਮਰਜੈਂਸੀ ਪ੍ਰੋਬਲਮ, ਬਿਮਾਰ ਪੈ ਹੋ ਗਿਆ ਤਾਂ ਕੀ ਉਹ 'ਚ ਕੋਈ ਥੋੜ੍ਹਾ ਨਾ? ਕੌਣ ਬਿਮਾਰ ਹੋ ਗਿਆ ਜੀ? RTA ਸਾਹਿਬ ਨੂੰ ਐਮਰਜੈਂਸੀ ਪ੍ਰੋਬਲਮ ਪੈ ਗਈ ਤਾਂ ਕਰਕੇ ਉਹ ਨਹੀਂ ਆ ਸਕੇ, ਤਾਂ ਕਰਕੇ ਸਾਰਾ ਇਹ ਹੋਇਆ, ਨਹੀਂ ਤਾਂ ਕੋਈ ਪਾਸਿੰਗ ਦੀ ਕੋਈ ਉਹ ਸੀਗੀ ਨਹੀਂ ਆਪਾਂ ਨੂੰ ਅੱਗੇ। ਪਰ ਇਨੀਸ਼ਲੀ ਗੱਡੀਆਂ ਤਾਂ ਪਹਿਲਾਂ ਤੁਹਾਡੇ ਕੋਲੋਂ ਪਾਸ ਹੋਣੀਆਂ ਤੇ ਤੁਹਾਡੇ ਵੱਲੋਂ ਪਾਸ ਕਿਉਂ ਨਹੀਂ ਕੀਤੇ ਗਈਆਂ? ਇਨੀਸ਼ਲੀ ਕੋਈ ਦੱਸੇ ਸਾਨੂੰ, ਸਾਹਿਬ ਦੀ ਆਈਡੀ ਜੋ ਵੀ ਨਿਕਲਣੀ ਆਉਂਦੇ ਨਾ, ਇਕੱਲੇ ਮੇਰੇ ਨਾਲ ਸਾਰਾ ਪ੍ਰੋਸੈਸ ਹੈ ਇਹ ਟਰਾਂਸਪੋਰਟ ਦਾ। ਪਰ ਜੇ ਤੁਹਾਡੀ ਆਈਡੀ ਜੋ ਨਿਕਲ ਜਾਣਗੀਆਂ, ਤੁਹਾਡੀ ਇਨਸਪੈਕਸ਼ਨ ਹੋ ਜਾਊਗੀ ਤਾਂ ਗੱਡੀਆਂ ਘੱਟੋ ਘੱਟ ਇੱਥੋਂ ਨਿਕਲ ਜਾ ਨਿਕਲ ਸਕਦੀਆਂ ਇਹ? ਨਹੀਂ, ਉਹ ਚੈੱਕ ਕਰ ਰਹੇ ਹਾਂ ਅਸੀਂ, ਹੁਣ ਸਾਰੇ ਬੈਠ ਕੇ ਗੱਲ ਕਰ ਰਹੇ ਹਾਂ, ਸਾਹਿਬ ਨਾਲ ਉੱਪਰ ਗੱਲ ਕਰ ਰਹੇ ਹਾਂ, ਅਤੇ ਜਿਵੇਂ ਵੀ ਹੋਊਗਾ ਸਾਰਾ ਸੋਲਟ ਆਊਟ ਕਰਦੇ ਹਾਂ, ਮਸਲਾ ਹੱਲ ਕਰਦੇ ਹਾਂ ਇਹਨਾਂ ਦਾ। ਸਵੇਰ ਜੀ ਹੁੰਦਾ ਦਫ਼ਤਰ ਜੀ? ਨਹੀਂ, ਦਫ਼ਤਰ ਮੈਨੂੰ ਹੋਰ ਵੀ ਕੰਮ ਸੀ ਨਾ, ਨਾਲ ਮੈਨੂੰ ਜੀ ਦੂਜੇ ਚਾਰਜਸ ਵੀ ਨੇ, ਸਾਰਾ ਕੁਝ ਚੈੱਕ ਕਰਕੇ ਹੁਣ ਆ ਗਿਆ ਆਪਾਂ ਇੱਥੇ ਪਹੁੰਚ ਗਏ। ਤੇ ਕਿਹੜੇ ਕਿਹੜੇ ਚਾਰਜ ਤੁਹਾਡੇ ਕੋਲ ਜੀ? ਰੋਡਵੇਜ਼ ਦਾ ਵੀ ਨਾਲ ਹੈਗਾ ਸੀ ਨਾ। ਕਿਸ ਚੀਜ਼ ਦਾ? ਉੱਥੇ ਵੀ ਮੈਂ ਟਰਾਂਸਪੋਰਟ 'ਚ ਆ ਨਾ, ਰੋਡਵੇਜ਼ 'ਚ।